मरिया समझिया बंदा जदों 12 साल बाद घर आ गया वापस, फिर देखो परिवार चो की बनिया माहौल। मरिया बंदा जदों 12 साल बाद अपने घर वापस आ जाए तो परिवार चो की माहौल बन जाएगा, इसका अंदाजा तुसी सहजे ही लगा सकते हो। ऐसा ही कुछ दिन बटाला दे पिंड मुल्यांवाल दे पूरन सिंह दे परिवार नाल, पूरन सिंह दा भरा रूप सिंह जो कि 12 साल पहला घरों अचानक किते चला गया सी, परिवार ने बहुत लभन की कोशिश की पर रूप सिंह ना मिलिया। तो परिवार ने समय अनुसार मान लिया कि शायद रूप सिंह इस जहान तो रुसकत हो गया है। पर जदों एक समाज सेवी ने रूप सिंह नूं लभ के 12 साल बाद परिवार हवाले किया तो परिवार के मैंबरां दीआं अखां भर आईआं अते खुशियां संभालियां नहीं जा रही सन। वेखो इस मौके ते हरपाल सिंह बटाला गुरदासपुर तो एक विशेष रिपोर्ट। हेलो हेलो, नाम दस दे अपना। रूप सिंह। अच्छा कितने रहते सी? बल्ले। 10 साल पहले कितने रहते? पहला पूरे रहा 3-4 साल, उस पर गड्डी जो सड़े। अच्छा की गल होई सी घरों लड़के गए? नहीं उतने गए। क्यों लड़के गए? मैं उधर वैसे। कितने गए? मैं बैंक को गया तो फिर उसको कार से बात किया। अच्छा दस के गए? हाँ। कार से कितने लोग? इन्ना चे थोड़ा 7 महीने हो गए थे, इन्ना चे थोड़ा वांडा टाइप का था। कितने कितने को मिल रहे हैं? बल्ले रिंडा है। अच्छा। हो रहा है। तेरे याद नहीं मगर तो याद तो अभी नहीं। ये ठीक नहीं रही, देर दिमागी में कुछ पै गया। हाँ जी। देर में रहा। हाँ जी। ये दवाई भी खवा दे रहे हैं अंबरसरों बड़ी। इतना ही साढ़े नाल को चल जाता रहा शेख भी, तो कभी आ जाना कभी आ चल जाना, कभी रोटियां बत्तियां होनिया हाथ च फड़िया होनिया। हाँ जी। तो उत्थे रहा वाहवा चिर, तो उतों ही फिर कोई पता नहीं भी लै गया जां की होया इस तरह करके। हाँ जी। लभदे रहे गुरुद्वार जी, चल कर गुरुद्वारे ना होने जिते जिते 10 पैसे उत्थे जो होना है ना पता ही नहीं लगता। हाँ जी। ਲੱਭਦੇ ਰਹੇ ਉਹ 3-4 ਸਾਲ ਲੱਭਦੇ ਰਹੇ, ਮੁੜ ਕੇ ਜਦੋਂ ਨਹੀਂ ਲੱਭਾ ਤਾਂ ਫਿਰ ਬਹਿ ਗਿਆ ਹਾਰਤੀ ਵੀ ਹੁਣ ਨਹੀਂ ਲੱਭਣ ਡਿਆ। ਹੈਂ ਹਾਂ ਅਸੀਂ ਮੋਕੀ ਜੀ ਨੇ ਕਿਹਾ ਪਤਾ ਨਹੀਂ ਆ ਨਹੀਂ ਇਹ ਹੋਣੇ ਪਤਾ ਨਹੀਂ ਕਿਸ ਨੇ ਮਾਰਤਾ ਵਾ। ਲੋਕਾਂ ਨੇ ਜਦੋਂ ਬੂਹੇ ਖੜਕਾਉਂਦਾ ਸੀ ਜਾ ਜਾ ਕੇ ਅਤੇ ਉਹਨਾਂ ਨੂੰ ਤੰਗ ਕਰਦਾ ਸੀ ਜੱਟਾਂ ਨੂੰ ਜਾ ਕੇ, ਅਤੇ ਸਾਡੇ ਦਿਲ 'ਚ ਇਹ ਸੀ ਵੀ ਜਾਂ ਕੋਈ ਜੱਟ ਕਿਤੇ ਮਾਰ ਕੇ ਸੁੱਟ ਆਇਆ ਜਾਂ ਕੀ ਕੀਤਾ ਕੀ ਨਹੀਂ ਕੀਤਾ। ਹਾਂਜੀ ਬਹੁਤ ਜ਼ਿਆਦਾ ਖੁਸ਼ੀ। ਗੱਲ ਤਾਂ ਪਹਿਲਾਂ ਤਾਂ ਇੰਨੀ ਕੋਈ ਜ਼ਿਆਦਾ ਨਹੀਂ ਸੀ, ਪਰ ਇਸ ਤਰ੍ਹਾਂ ਆਸਤੇ ਆਸਤੇ ਸਾਡੇ ਸਾਰਿਆਂ 'ਤੇ ਸੁੱਟਾ ਸੀ। ਕੰਮ ਕਾਰ ਵੱਲੋਂ ਪਹਿਲਾਂ ਤਾਂ ਕਰਦਾ ਸੀ ਅਤੇ ਬਾਅਦ 'ਚ ਅਸੀਂ ਕੁਝ ਘੱਟ ਹੀ ਕਹਿੰਦੇ ਹੁੰਦੇ ਸੀ,
ਅਤੇ ਉਦੋਂ ਫਿਰ ਕਦੀ ਸਾਡੀ ਭੈਣ ਕੋਲ ਚਲ ਜਾਂਦਾ ਸੀ, ਕਦੀ ਇੱਥੇ ਆ ਜਾਣਾ, ਉੱਥੇ ਫਿਰ ਰਹਿੰਦਾ ਰਿਹਾ। ਉੱਥੋਂ ਨਹੀਂ ਜਾਣੇ, ਪਤਾ ਨਹੀਂ ਸਤਿਗੁਰ ਜਾਣੇ ਕੀ ਭਾਣਾ ਬਣਿਆ, ਉੱਥੋਂ ਕੋਈ ਉਹਨੂੰ ਲੈ ਗਿਆ। ਅਸੀਂ ਬੜਾ ਲੱਭਦੇ ਰਹੇ ਅਨੰਦਪੁਰ ਸਾਹਿਬ ਵਿੱਚ, ਕਿਤੇ ਕਿਤੇ ਜਿੱਥੇ ਪਤਾ ਲੱਗਣਾ ਅਤੇ ਜਾਣਾ ਆਉਣਾ ਕਿਤੇ ਪਤਾ ਨਾ ਲੱਗਾ। ਨਹੀਂ ਰੁਸ ਕੇ ਨਹੀਂ ਗਿਆ, ਅਤੇ ਉੱਧਰ ਆਉਣਾ ਜਾਣਾ ਸੀ ਅਤੇ ਜਿੱਧਰ ਜਾਣਾ ਸੀ ਮਗਰ ਮਗਰ ਦੋ ਤਿੰਨ ਵਾਰੀ ਕਈ ਵਾਰੀ ਜਿੱਥੇ ਵੀ ਜਾਣਾ ਬੜੇ। ਫਿਰ ਇਹ ਅਨੰਦਪੁਰ ਸਾਹਿਬ ਵੱਲ ਵੀ ਜਾਂਦੇ ਰਹੇ, ਇੱਧਰ ਇੱਕ ਵਾਰੀ ਇੱਧਰ ਪਤਾ ਲੱਗਾ ਰੋਪੜ ਵੱਲ, ਉੱਧਰ ਸਾਨੂੰ ਬੰਦਾ ਸਾਡਾ ਗਿਆ, ਉਹਨੇ ਦੱਸਿਆ। ਅਤੇ ਇਸ ਤਰ੍ਹਾਂ ਜਿੱਥੇ ਜਿੱਥੇ ਵੀ ਕਿਤੇ ਲਾਗੇ ਸਾਗੇ ਤਾਂ ਭਲਾ ਮੇਲਿਆਂ ਮਾਲਿਆਂ 'ਤੇ ਆਮ ਦੇਖਦੇ ਰਹੇ ਹਾਂ। ਕਿੰਨੇ ਸਾਲ ਘਰੋਂ ਗਾਇਬ ਰਹੇ? ਇਹਨੂੰ ਕੋਈ 10-11 ਸਾਲ ਹੋ ਗਏ। ਖੁਸ਼ੀ ਤਾਂ ਭਾਈ ਜੀ ਤੁਹਾਨੂੰ ਪਤਾ ਵੀ ਖੁਸ਼ੀ ਜਿਹੜੀ ਆ ਉਹ ਖੁਸ਼ੀ ਦਾ ਮੁਕਾਮ ਅਤੇ ਉਹੀ ਜਾਣਦਾ ਗੁਰੂ ਮਹਾਰਾਜ ਜਾਣਦੇ ਆ, ਜਿਹਨੂੰ ਖੁਸ਼ੀ ਹੁੰਦੀ ਆ ਉਹ ਜਾਣਦਾ। ਬੜਾ ਲੱਖ ਸ਼ੁਕਰ ਹੈ ਗੁਰੂ ਜੀ ਦਾ, ਅਤੇ ਬਹੁਤ ਸਾਧ ਸੰਗਤ ਦਾ ਵੀ ਧੰਨਵਾਦ ਆ ਜਿਹੜੀ ਆ ਦਸ਼ਮੇ ਦਾ ਕਰਨ ਆਈ ਆ, ਅਤੇ ਤੁਹਾਡਾ ਵੀ ਬਹੁਤ ਧੰਨਵਾਦ ਆ ਜਿਹੜੇ ਇੱਥੇ ਚੱਲ ਕੇ ਆਏ ਹੋ ਇਹ ਸਾਧ ਸੰਗਤ ਦਾ ਦਰਸ਼ਨ ਕਰਾਉਣ ਲਏ। ਇਹ ਜੀ ਆਪਣਾ ਇੱਕ ਵੀਰਾ ਸੰਸਥਾ ਚਲਾ ਰਿਹਾ ਅਤੇ ਰਾਸਤਾ ਸੇਵਾ ਸੁਸਾਇਟੀ ਵੱਲਾਂ ਜ਼ਿਲ੍ਹਾ ਗੁਰ ਆਪਣਾ ਅੰਮ੍ਰਿਤਸਰ, ਅਤੇ ਉਸ ਵੀਰ ਨੇ ਮੈਨੂੰ ਪੋਸਟ ਸ਼ੇਅਰ ਕੀਤੀ ਸੀਗੀ ਇਹ ਵੀਰ ਦੀ, ਜੋ ਕਿ ਅੱਜ ਤੋਂ 12 ਸਾਲ ਪਹਿਲਾਂ ਲਾਪਤਾ ਹੋ ਗਿਆ ਸੀਗਾ, ਅਤੇ ਘਰਦਿਆਂ ਨੇ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਨਹੀਂ ਮਿਲਿਆ। ਅਤੇ ਚਲੋ ਉਸ ਆਸ਼ਰਮ ਦੇ ਵਿੱਚ ਇਸ ਵੀਰ ਦੀ ਸੇਵਾ ਚੱਲਦੀ ਪਈ ਸੀਗੀ, ਮੈਡੀਸਨ ਚੱਲਦੀ ਪਈ ਜੋ ਕਿ ਮੈਂਟਲੀ ਅਪਸੈਟ ਸੀਗਾ, ਅਤੇ ਉਸਨੇ ਚਲੋ ਰਾਸ਼ਨ ਪਾਣੀ ਜੋ ਵੀ ਹੈ ਨਾ ਸੇਵਾ ਚੱਲਦੀ ਪਈ ਕੀਤੀ, ਇਹਨਾਂ ਦੀ ਦਵਾਈ ਦਾਰੂ ਕੀਤਾ, ਅਤੇ ਇਹ ਆਪਣੀ ਹੋਸ਼ ਵਿੱਚ ਆਏ। ਅਤੇ ਫਿਰ ਇਹਨੇ ਉਹ ਵੀਰ ਨੇ ਇਹਦੇ ਪਿੰਡ ਦਾ ਨਾਂ ਪੁੱਛਿਆ, ਉਹਦਾ ਨਾਂ ਪੁੱਛਿਆ, ਸਾਰੇ ਪਰਿਵਾਰ ਦਾ ਨਾਂ ਪੁੱਛਿਆ, ਇਹਨੇ ਦੱਸਿਆ। ਅਤੇ ਫਿਰ ਉਸ ਵੀਰ ਨੇ ਮੈਨੂੰ ਪੋਸਟ ਸ਼ੇਅਰ ਕੀਤੀ, ਹੈਪੀ ਵੀਰ ਨੇ ਤੇਰਾ ਆਸਰਾ ਸੇਵਾ ਸਾਇਟ ਜੋ ਸੰਸਥਾ ਚਲਾ ਰਹੇ ਆ, ਉਹਨਾਂ ਨੇ ਮੈਨੂੰ ਪੋਸਟ ਸ਼ੇਅਰ ਕੀਤੀ, ਮੈਨੂੰ ਕਹਿੰਦੇ ਵੀ ਆਹ ਵੀਰ ਬਟਾਲੇ ਦਾ, ਇਹਦਾ ਅਤਾ ਪਤਾ ਦੱਸ। ਫਿਰ ਪਿੰਡ ਮੁਗਲਿਆਂ ਵੱਲ ਦੱਸਦੇ ਪਏ ਸੀਗੇ। ਫਿਰ ਮੈਂ ਇੱਥੇ ਆਇਆ, ਪਿੰਡ ਵਿੱਚ ਕਾਫੀ ਲੋਕਾਂ ਨੂੰ ਪੁੱਛਿਆ ਇਸ ਬਾਰੇ, ਅਤੇ ਕਾਫੀ ਲੋਕਾਂ ਨੇ ਇਨਕਾਰ ਕਰਤਾ, ਕੋਈ ਕਾਫੀ ਸਮੇਂ ਤੋਂ ਲਾਪਤਾ ਸੀ ਹੈ ਨਾ। ਅਤੇ ਮੈਨੂੰ ਕਿਸੇ ਵੀਰ ਨੇ ਕੋਈ ਜਾਣਦਾ ਸੀ ਇਸ ਵੀਰ ਨੂੰ, ਉਸਨੇ ਮੈਨੂੰ ਇਹ ਐਡਰੈਸ ਦਿੱਤਾ, ਮੈਂ ਇੱਥੇ ਆਇਆ ਅਤੇ ਇਸ ਪਰਿਵਾਰ ਨਾਲ ਮੈਂ ਮਿਲਿਆ। ਜਦ ਪੋਸਟ ਉਹਨਾਂ ਨੇ ਦੇਖੀ ਉਹਨਾਂ ਨਾ ਕਰਤੀ ਵੀ ਇਹ ਸਾਡੇ ਪਰਿਵਾਰ 'ਚੋਂ ਨਹੀਂ ਮੈਂਬਰ ਹੈਗਾ, ਸਾਡਾ ਨਹੀਂ ਹੈਗਾ ਲੜਕਾ ਹੈ ਨਾ। ਅਤੇ ਮੈਂ ਉਹਨਾਂ ਨੇ ਫਿਰ ਕਿਹਾ ਵੀ ਇੱਕ ਵਾਰੀ ਫਿਰ ਗੌਰ ਨਾਲ ਵੇਖ ਲਓ, ਮੈਨੂੰ ਮੇਨ ਐਡਰੈਸ ਇਹੋ ਦੱਸਿਆ ਗਿਆ ਵਾ, ਕਿਸੇ ਨੇ ਦੱਸਿਆ ਵਾ। ਜਦ ਫਿਰ ਉਹਨਾਂ ਨੇ ਫਿਰ ਦੋਹਰੇ ਵੇਖੀ ਅਤੇ ਮਾਤਾ ਜੀ ਦਾ ਮਨ ਭਰ ਆਇਆ, ਕਹਿੰਦੇ ਕਿ ਇਹ ਮੇਰਾ ਦੂਬਰਾ। ਚਲੋ ਵਾਹਿਗੁਰੂ ਜੀ ਦਾ ਸ਼ੁਕਰ ਆ ਕਿ ਇਹ ਪਰਿਵਾਰ ਤੱਕ ਪਹੁੰਚਿਆ ਵਾ। ਅਤੇ ਬਾਕੀ ਮੈਂ ਇਹੋ ਕਹਿੰਦਾ ਵੀ ਜਿੱਦਾਂ ਵੀ ਕੋਈ ਇੱਦਾਂ ਵੀਰ ਭਰਾ ਰੋਡ 'ਤੇ ਮੈਂਟਲੀ ਅਪਸੈਟ ਹੁੰਦਾ ਵਾ, ਕਈ ਵੀਰ ਜੱਟ ਇੱਦਾਂ ਕਰਦੇ ਆ, ਗੁੱਜਰ ਇੱਦਾਂ ਕਰਦੇ ਵੀ ਘਰਾਂ ਵਿੱਚ ਲੈ ਕੇ ਗੁੱਜਰ ਆਪਣੇ ਤਬੇਲੇ 'ਚ ਲੈ ਕੇ ਡੰਗਰ ਪਾਣੀ ਦਾ ਹੈ ਨਾ ਗੋਹਾ ਸਟਾਉਂਦੇ ਆ, ਪੱਠੇ ਕੁੱਟਾਉਂਦੇ ਹੈ ਨਾ। ਅਤੇ ਮੈਂ ਇਹੋ ਚਾਹੁੰਦਾ ਵੀ ਉਹਨਾਂ ਨੂੰ ਦਵਾਈ ਦਾਰੂ ਕਰਕੇ ਉਹਨਾਂ ਦੇ ਪਰਿਵਾਰ ਤੱਕ ਮਿਲਾਇਆ ਜਾਵੇ। ਮੈਂ ਇਸ ਟਾਈਮ ਵੱਲਿਓ ਆਇਆ ਉਹਨਾਂ ਨੂੰ ਲੈ ਕੇ ਜੀ, ਮੈਨੂੰ ਪੋਸਟ ਆਈ ਸੀਗੀ। ਹਾਂਜੀ, ਹਾਂਜੀ, ਮੈਂ ਉਹ ਚਾਹੁੰਦਾ ਵੀ ਜਿਸ ਤਰ੍ਹਾਂ ਵੀ ਤੁਹਾਡੇ ਆਪਣੇ ਗਰੁੱਪ ਬਣੇ ਹੋਏ ਆ ਸੰਸਥਾ ਦੇ, ਹਰ ਇੱਕ ਸੰਸਥਾ ਸਮਾਜ ਸੇਵੀ ਸੰਸਥਾ ਨੂੰ ਇਹੋ ਜਿਹੀ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਨੀ ਚਾਹੀਦੀ ਆ। ਕੋਈ ਰਾਸ਼ਨ ਪੱਖੋਂ ਨਾ ਰਹਿ ਜੇ, ਠੀਕ ਆ ਜੀ, ਕੋਈ ਇਲਾਜ ਪੱਖੋਂ ਨਾ ਰਹਿ ਗਏ, 10-20, 100-50 ਦਸਵੰਧ ਜ਼ਰੂਰ ਕੱਢਣ, ਤਾਂ ਕਿ ਕਿਸੇ ਵੀ ਵੀਰ ਭਰਾ ਲੋੜਵੰਦ ਪਰਿਵਾਰ ਦੇ ਲੇਖੇ ਲੱਗ ਸਕੇ। ਅਤੇ ਜਿਸ ਤਰ੍ਹਾਂ ਆਪਣੇ ਮੈਂਟਲੀ ਅਪਸੈਟ ਕੋਈ ਰੋਡ ਦੇ ਵੀਰ ਭਰਾ ਫਿਰਦਾ ਵਾ, ਉਹਦੇ ਨਾਲ ਗੱਲਬਾਤ ਰਾਬਤ ਜ਼ਰੂਰ ਕਰਨ ਕਿ ਵੀਰ ਤੂੰ ਕਿੱਥੋਂ ਆਵਾਂ, ਕਿੱਥੇ ਰਹਿੰਦਾ ਵਾਂ, ਇਸ ਤੋਂ ਕਿੱਦਾਂ ਪਹੁੰਚਿਆ ਵਾਂ, ਤੇਰੇ ਹਾਲਾਤ ਇੱਦਾਂ ਦੇ ਕਿਉਂ ਹੋਏ ਆ, ਠੀਕ ਆ ਜੀ। ਅਤੇ ਬਾਕੀ ਚਲੋ ਵਾਹਿਗੁਰੂ ਜੀ ਕਿਰਪਾ ਵਾ, ਪਰਿਵਾਰ ਨੂੰ ਆਪਣਾ ਮੈਂਬਰ ਮਿਲ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।